ਲੁਧਿਆਣਾ ਐਸਟੀਐਫ ਪੁਲਿਸ ਟੀਮ ਨੇ ਐਕਟਿਵਾ ਸਵਾਰ ਦੋ ਆਰੋਪੀਆਂ ਨੂੰ ਕੁਹਾੜਾ ਨੇੜਿਓਂ 700 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਉਸ ਵੇਲੇ ਸਫਲਤਾ ਹਾਸਲ ਕੀਤੀ ਜਿਸ ਵੇਲੇ ਦੋਵੇਂ ਆਰੋਪੀ ਕੁਹਾੜਾ ਵਾਲਨ ਨੂੰ ਨਸ਼ੇ ਦੀ ਸਪਲਾਈ ਦੇਣ ਜਾ ਰਹੇ ਸਨ। ਸੂਤਰਾਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 3.5 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲੱਖੋ ਗੱਦੋਵਾਲ ਰੋਡ ਤੇ ਨਸ਼ਾ ਤਸਕਰਾਂ ਦੀ ਤਲਾਸ਼ ਵਿੱਚ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਕੀਤੀ ਕਿ ਆਰੋਪੀ ਮਾਚੀਵਾੜਾ ਤੋਂ ਕੁਹਾੜਾ ਵੱਲ ਨੂੰ ਐਕਟਿਵਾ ਦੇ ਸਵਾਰ ਹੋ ਕੇ ਨਸ਼ੇ ਦੀ ਸਪਲਾਈ ਦੇਣ ਲਈ ਜਾ ਰਹੇ ਹਨ, ਜਿਸ ਤੇ ਫੌਰਨ ਕਾਰਵਾਈ ਕਰਦਿਆਂ ਕੁਹਾੜਾ ਚੌਂਕ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਦੋਵੇਂ ਆਰੋਪੀਆਂ ਨੂੰ ਐਕਟਿਵਾ ਦੀ ਡਿੱਗੀ ਵਿੱਚ ਲੁਕਾ ਕੇ ਰੱਖੀ 700 ਗ੍ਰਾਮ ਹੈਰੋਇਨ ਦੇ ਨਾਲ ਇੱਕ ਇਲੈਕਟ੍ਰੋਨਿਕ ਕੰਡਾ ਅਤੇ 225 ਪਲਾਸਟਿਕ ਦੇ ਛੋਟੇ ਲਿਫਾਫੇ ਬਰਾਮਦ ਕੀਤੇ ਗਏ ਹਨ। ਹਰਬੰਸ ਸਿੰਘ ਨੇ ਕਿਹਾ ਕਿ ਆਰੋਪੀਆਂ ਦੀ ਪਹਿਚਾਣ ਬਹਾਦਰ ਸਿੰਘ ਉਰਫ ਅਤੇ ਦਿਲਬਰ ਸਿੰਘ ਵਾਸੀ ਮਾਚੀਵਾੜਾ ਦੇ ਰੂਪ ਵਿੱਚ ਹੋਈ ਹੈ। ਉਹਨਾਂ ਕਿਹਾ ਕਿ ਆਰੋਪੀਆਂ ਦੇ ਪਹਿਲਾਂ ਵੀ ਕਈ ਮਾਮਲੇ ਨਸ਼ਾ ਤਸਕਰੀ ਦੇ ਹੀ ਦਰਜ ਹਨ ਅਤੇ ਕੁਝ ਸਮਾਂ ਪਹਿਲਾਂ ਵੀ ਜੇਲ੍ਹ ਵਿੱਚ ਜ਼ਮਾਨਤ ਤੇ ਬਾਹਰ ਆਏ ਸਨ। ਫਿਲਹਾਲ ਆਰੋਪੀਆਂ ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਥਾਣਾ ਐਸਟੀਐਫ ਮੋਹਾਲੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਦੇ ASI ਜਗਤਾਰ ਸਿੰਘ ਸਮੇਤ ਹੋਰ ਮੁਲਾਜ਼ਮ ਪਿੰਡ ਲੱਖੋ ਗੱਦੋਵਾਲ ਚੌਂਕ ਵਿੱਚ ਹਾਜ਼ਰ ਸੀਗੇ, ਜਿਨ੍ਹਾਂ ਪਾਸ ਮੁਖਬਰੀ ਹੋਈ ਕਿ ਦੋ ਆਰੋਪੀ ਇੱਕ ਬਹਾਦਰ ਸਿੰਘ ਉਰਫ ਘੋਗੀ ਜਿਹਦੇ ਬਰਖਲਾ ਪਹਿਲਾਂ ਵੀ ਕਈ ਮੁਕੱਦਮੇ ਐਨਡੀਪੀਐਸ ਐਕਟ ਦੇ ਦਰਜ ਹਨ ਅਤੇ ਇਸਦਾ ਸਾਥੀ ਦਿਲਵਰ ਸਿੰਘ ਜੋ ਦੋਵੇਂ ਮਾਛੀਵਾੜੇ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੇ ਕੁਹਾੜਾ ਦੇ ਨੇੜੇ ਪਿੰਡਾਂ ਦੇ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਆਉਣਾ, ਜੋ ਇਤਲਾਹ ਬੜੀ ਭਰੋਸੇਯੋਗ ਠੋਸ ਸੀਗੀ, ਜਿਸ ਕਰਕੇ ਇਹਨਾਂ ਦੋਵਾਂ ਦੇ ਬਰਖਿਲਾਫ਼ ਮੁਕੱਦਮਾ ਨੰਬਰ 7 ਅਧੀਨ ਧਾਰਾ 21-65 ਐਨਡੀਪੀਐਸ ਐਕਟ ਥਾਣਾ ਐਸਟੀਐਫ ਏ 4 ਮੋਹਾਲੀ ਵਿਖੇ ਦਰਜ ਕਰਵਾਇਆ ਅਤੇ ਸਟਰੋਂਗ ਨਾਕਾਬੰਦੀ ਕੀਤੀ। ਦੌਰਾਨੇ ਨਾਕਾਬੰਦੀ ਦੋਵਾਂ ਨੂੰ ਸਨੀ ਜਿਮ ਕੁਹਾੜਾ ਦੇ ਨੇੜਿਓਂ ਕਾਬੂ ਕਰਕੇ ਜਦੋਂ ਮਾਨਯੋਗ DSP ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੁਲਿਸ ਪਾਰਟੀ ਨੇ ਤਲਾਸ਼ੀ ਕੀਤੀ ਤਾਂ ਇਹਨਾਂ ਦੇ ਪਾਸੋਂ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਨੂੰ ਉਕਤ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਅਤੇ ਰਿਮਾਂਡ ਹਾਸਲ ਕਰਾਂਗੇ। ਪਤਾ ਲਗਾਵਾਂਗੇ ਵੀ ਇਹਨਾਂ ਨੇ ਕਿਹੜੇ ਗਾਹਕਾਂ ਨੂੰ ਸਪਲਾਈ ਕਰਨੀ ਸੀ ਅਤੇ ਇੰਨੀ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਇਹ ਕਿੱਥੋਂ ਲੈ ਕੇ ਆਏ ਸੀ। ਇਹ ਆਰੋਪੀਆਂ ਨੇ ਦੱਸੇ ਪੁੱਛਗੇ ਤੇ ਦੱਸਿਆ ਵੀ 6-7 ਸਾਲ ਤੋਂ ਕਰੀਬ ਇਹ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਨੇ। ਇਹਨਾਂ ਦੇ ਬਰਖਿਲਾਫ਼ ਇੱਕ ਆਰੋਪੀ ਜਿਹੜਾ ਬਹਾਦਰ ਸਿੰਘ ਆ ਉਹਦੇ ਬਰਖਿਲਾਫ਼ 3 ਮੁਕੱਦਮੇ ਐਨਡੀਪੀਐਸ ਐਕਟ ਦੇ ਦਰਜ ਹਨ, ਜਿਸ ਦੇ ਵਿੱਚੋਂ ਇੱਕ ਮੁਕੱਦਮੇ ਦੇ ਵਿੱਚੋਂ ਕਰੀਬ 1 ਮਹੀਨਾ ਪਹਿਲਾਂ ਹੀ ਇਹ ਜੇਲ੍ਹ ਵਿੱਚੋਂ ਜ਼ਮਾਨਤ ਕਰਾ ਕੇ ਬਾਹਰ ਆਇਆ ਸੀ ਅਤੇ ਦੂਸਰੇ ਆਰੋਪੀ ਦੇ ਬਰਖਿਲਾਫ਼ ਬਲਾਤਕਾਰ ਦਾ 1 ਮੁਕੱਦਮਾ ਥਾਣਾ ਮਾਛੀਵਾੜਾ ਸਾਹਿਬ ਵਿੱਚ ਦਰਜ ਹੈ। ਸਰ ਇਹ ਖੁਦ ਵੀ ਅਡਿਕਟ ਨੇ? ਹਾਂ, ਜਿਨ੍ਹਾਂ ਨੇ ਪੁੱਛਗਿੱਛ ਤੇ ਦੱਸਿਆ ਵੀ ਇੱਕ ਆਰੋਪੀ ਜਿਹੜਾ ਆਪ ਵੀ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ। ਬੁਲਾ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।